ਛੱਤ ਵਿੱਚ ਹੋਏ ਡਬਲ ਮਰਡਰ ਕੇਸ ਨੂੰ ਮੋਹਾਲੀ ਪੁਲਿਸ ਨੇ ਕੁਝ ਹੀ ਦਿਨਾਂ ਵਿੱਚ ਸੁਲਝਾ ਲਿਆ। ਇਸ ਦੀ ਜਾਣਕਾਰੀ SSP ਹਰਚਰਨ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦਿੱਤੀ, ਜਿੱਥੇ ਉਹਨਾਂ ਨੇ ਦੱਸਿਆ ਕਿ ਇਸ ਕਤਲ ਦਾ ਮੁੱਖ ਆਰੋਪੀ ਅਸ਼ੋਕ ਕੁਮਾਰ ਗ੍ਰਿਫਤਾਰ ਹੋ ਚੁੱਕਿਆ। ਆਰੋਪੀ ਅਸ਼ੋਕ ਦੇ ਮ੍ਰਿਤਕ ਅਜੇ ਕੁਮਾਰ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਅਜੇ ਵਿੱਚ ਅੜਚਨ ਬਣ ਰਿਹਾ ਸੀ। ਇਸ ਲਈ ਆਰੋਪੀ ਨੇ ਆਪਣੇ 3 ਭਾਣਜਿਆਂ ਨਾਲ ਮਿਲ ਕੇ ਇਸ ਡਬਲ ਮਰਡਰ ਨੂੰ ਅੰਜਾਮ ਦੇ ਦਿੱਤਾ। ਬੇਸ਼ੱਕ ਆਰੋਪੀ ਅਜੇ ਦਾ ਮਰਡਰ ਕਰਨ ਆਏ ਸਨ, ਪਰ ਜਦੋਂ ਚੌਂਕੀਦਾਰ ਫਜ਼ਲੁਦੀਨ ਨੇ ਰੋਲਾ ਸੁਣਿਆ ਤਾਂ ਆਰੋਪੀਆਂ ਨੇ ਡੰਡਿਆਂ ਅਤੇ ਇੱਟਾਂ ਨਾਲ ਉਸਦੀ ਵੀ ਹੱਤਿਆ ਕਰ ਦਿੱਤੀ। ਫੋਲੋ ਕਰ ਲਿਆ, ਉਹਦੇ ਚ ਇੱਕ ਬੰਦਾ ਸੀ ਗ੍ਰਿਫਤਾਰ ਕਰ ਲਿਆ, ਇਹਦੇ ਨਾਲ ਰੈਲੇਟਿਵਸ ਹਨ, ਤਿੰਨ ਦੇ ਭਾਣਜੇ ਸੀ ਬੰਦੇ ਦੇ। ਉਹ ਮਰਡਰ ਕਰਨ ਤੋਂ ਬਾਅਦ ਭੱਜ ਕੇ ਬਿਹਾਰ ਦੇ ਵਿੱਚ ਚਲੇ ਗਏ, ਉੱਥੇ ਸਾਡੀਆਂ ਪਿੱਛੇ ਪੁਲਿਸ ਪਾਰਟੀਜ਼ ਜਿਹੜੀਆਂ ਨੇ ਗਈਆਂ ਹੋਈਆਂ ਨੇ ਗ੍ਰਿਫਤਾਰ ਕਰਨ ਲਈ ਸਮਸਤੀਪੁਰ ਸਮਸਤੀਪੁਰ ਏਰੀਏ ਦੇ ਵਿੱਚ। ਇਹਦੇ 'ਚ ਵਜ੍ਹਾ ਰੰਜਿਸ਼ ਇਹ ਸੀ ਕਿ ਆਹ ਜਿਹੜੇ ਬੰਦੇ ਨੇ ਮਾਰਿਆ ਅਜੇ ਕੁਮਾਰ ਨੇ, ਜਿਹੜਾ ਇਹ ਤਾਂ ਮਰਨ ਵਾਲੇ ਨੇ, ਫਜ਼ਲਦੀਨ ਅਤੇ ਅਜੇ ਕੁਮਾਰ ਜਿਨ੍ਹਾਂ ਦਾ ਜਿਹੜਾ ਕਤਲ ਕੀਤਾ ਗਿਆ ਸੀ, ਇਹ ਮਾਰਨ ਵਾਲਾ ਜਿਹੜਾ ਅਸ਼ੋਕ ਕੁਮਾਰ ਸੀ ਅਤੇ ਨਾਲਿਆਂ ਦੇ ਜਿਹੜੇ ਭਾਂਜੇ ਸੀ, ਜਿਹੜੇ ਅਜੇ ਕੁਮਾਰ ਹੈ, ਅਜੇ ਕੁਮਾਰ ਦੀ ਵਾਈਫ ਦੇ ਨਾਲ ਜਿਹੜੇ ਇਸ ਬੰਦੇ ਦੇ ਰਿਲੇਸ਼ਨ ਸਨ ਅਤੇ ਇਹ ਉਹਨਾਂ ਨੂੰ ਰੋਕਣ ਅਤੇ ਇਹ ਜਿਹੜੇ ਬੰਦੇ ਨਹੀਂ ਹਟੇ, ਇਹਨੇ ਅਣਖ ਦੀ ਖਾਤਰ ਜਿਹੜਾ ਇਹ ਬੰਦਿਆਂ ਦਾ ਜਿਹੜਾ ਕਤਲ ਕਰਤਾ। ਇਹ ਜਿਹੜਾ ਫਜ਼ਲਦੀਨ ਹੈ, ਇਹ ਚੌਂਕੀਦਾਰੀ ਦਾ ਕੰਮ ਕਰਦਾ ਸੀ ਉੱਥੇ, ਅਤੇ ਜਿਹੜਾ ਅਜੇ ਕੁਮਾਰ ਹੈ, ਇਹ ਉੱਥੇ ਨੇੜੇ ਹੀ ਇੱਕ ਇਕਬਾਲ ਸਿੰਘ ਦੀ ਜਿਹੜੀ ਜ਼ਮੀਨ 'ਤੇ ਮੱਝਾਂ ਗਾਵਾਂ ਦਾ ਨੌਕਰੀ ਕਰਦਾ ਸੀ, ਉਹਨਾਂ ਨੂੰ ਸਾਂਭਦਾ ਸੀ ਉੱਥੇ ਜੀ। ਅਤੇ ਇਹ ਜਿਹੜਾ ਅਸ਼ੋਕ ਕੁਮਾਰ ਹੈ, ਇਹ ਉੱਥੇ ਫਾਰਮ ਹਾਊਸ ਦੇ ਨੇੜੇ ਖੇਤ ਵਿੱਚ ਮੋਟਰ ਦੇ ਕੋਠੇ ਉਹ ਆ ਕੇ ਉੱਥੇ ਉਹਨਾਂ ਦਾ ਨਿਪਟਾਰਾ ਜਿਹੜਾ ਹੋ ਸਕੇ। 21 ਜੁਲਾਈ ਨੂੰ ਸਵੇਰੇ 9 ਵਜੇ ਜੀ।